ਕੀ ਨਾਮ ਹੈ ਜੀ? ਮੇਰਾ ਹਰਮਲਾਪ ਸਿੰਘ ਜੀ। ਹਰਮਲਾਪ ਜੀ, ਕਿੱਦਾਂ ਦੇਖਦੇ ਹੋ ਅੱਜ ਜਿਹੜਾ ਬਾਰਿਸ਼ ਦਾ ਮੌਸਮ ਚੱਲ ਰਿਹਾ, ਕਿਸਾਨਾਂ ਨੂੰ ਕਿੰਨਾ ਕੁ ਫਾਇਦਾ? ਰਾਹਤ ਮਿਲੀ ਹੈ ਜੀ ਗਰਮੀ ਤੋਂ। 2 ਦਿਨ ਪਹਿਲਾਂ ਇੰਨੀ ਗਰਮੀ ਤੀ ਰਹੇ ਰੱਬ ਦਾ ਨਾਂ, ਬਹੁਤ ਜ਼ਿਆਦਾ। ਅਸੀਂ ਵੀ ਡੀਜ਼ਲ ਫੂਕ ਫੂਕ ਕੇ ਜੀਰੀ ਲਾਈ ਹੈ। ਅੱਜ ਰੱਬ ਨੇ ਬਾਰੇ ਨਿਆਰੇ ਕਰਤੇ, ਠੰਡਾ ਮੌਸਮ ਵੀ ਠੰਡਾ, ਫਸਲਾਂ ਨੂੰ ਵੀ ਚੰਗਾ। ਜੇ 2-4 ਦਿਨ ਪਹਿਲਾਂ ਦੀ ਗੱਲ ਕਰੀਏ, ਅੱਤ ਦੀ ਗਰਮੀ ਸੀ, ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਸੀ, ਉਦੋਂ ਜੀਰੀ ਕਿਵੇਂ ਲਾਉਂਦੇ ਸੀ? ਉਦੋਂ ਜੀਰੀ ਸਰ ਥੋੜ੍ਹੀ ਜਿਹੀ ਘੱਟ ਲੱਗਦੀ ਸੀ, ਗਰਮੀ ਦੇ ਵਿੱਚ ਲੇਬਰ ਤੋਂ ਕੰਮ ਨਹੀਂ ਹੁੰਦਾ, ਬਈਏ ਨੇ ਗੇ, ਬਈਏ ਘੱਟ ਲੱਗਦੀ ਹੈ ਜੀਰੀ। ਹੁਣ ਜਿਵੇਂ ਅੱਜ ਤੜਕੇ ਦੇ ਲੱਗੇ ਨੇ, ਉਹ ਮਿੰਟ ਨਹੀਂ ਖੜੇ, ਦੁਪਹਿਰੇ ਘੰਟਾ ਰੈਸਟ ਕਰਨਗੇ, 2-2 ਘੰਟੇ ਕਰ ਲੈਣ। ਅੱਗੇ ਗਰਮੀ ਦੇ ਵਿੱਚ ਭੱਜਦੇ ਹੀ ਆ, ਦੇਖੋ ਹਰੇਕ ਬੰਦਾ ਜਾਨ ਹੈ, ਅਤੇ ਗਰਮੀ 'ਚ ਔਖਾ ਜੀ ਕੰਮ ਕਰਨਾ। ਹੋਰ ਕਿੰਨਾ ਕੁ ਫਾਇਦਾ ਹੈ ਮੀਂਹ ਦਾ? ਬਹੁਤ ਜ਼ਿਆਦਾ ਫਾਇਦਾ ਜੀ, ਜਿਹੜੀ ਜੀਰੀ ਸਾਡੀ ਲੱਗ ਰਹੀ ਹੈ ਨਾਲ ਦੀ ਨਾਲ ਚੱਲ ਰਹੀ ਹੈ, ਗਰਮੀ ਦੇ ਵਿੱਚ ਡਾਲ ਮੱਚਦੇ ਨੇ। ਹੁਣ ਜਿੰਨੀ ਅਸੀਂ ਜੀਰੀ ਆ ਕੱਲ੍ਹ ਅਤੇ ਅੱਜ 'ਚ ਲੱਗ ਰਹੀ ਹੈ ਸਾਡੀ ਜੀਰੀ, ਸਾਰੀ ਨਾਲ ਦੀ ਨਾਲ ਚੱਲ ਰਹੀ ਹੈ। ਜੇ ਲਾਈਟ ਦੀ ਗੱਲ ਕਰੀਏ, ਗਰਮੀਆਂ 'ਚ ਲਾਈਟ ਦਾ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਘੱਟ ਸੀ, ਅਤੇ ਹੁਣ ਲਾਈਟ ਆਵੇ ਨਾ ਆਵੇ ਕਿੰਨਾ ਕੁ ਫਰਕ ਹੈ? ਦੇਖੋ ਹੁਣ ਤਾਂ ਜੇ ਨਾ ਵੀ ਆਵੇ, ਕਿਉਂਕਿ ਸਾਨੂੰ ਤਾਂ ਵੀ ਸਰਦਾ ਹੈ, ਕਿਉਂ ਫਸਲ ਨੇ ਜਦੋਂ ਧੁੱਪ ਨਿਕਲਦੀ ਆ ਫਸਲ ਤਾਂ ਉਦੋਂ ਕਮਲ ਆਉਂਦੀ ਹੈ, ਉਹਦੀ ਪਾਣੀ ਮੰਗਦੀ ਹੈ। ਹੁਣ ਤਾਂ ਰੱਬ ਦੀ ਕਿਰਪਾ ਗਈ ਵੀ ਉੱਤੇ ਸਹੁੰ ਕਰ ਰੱਖੀ ਹੈ ਰੱਬ ਨੇ, ਠੰਡ ਹੈ, ਚਾਹੇ ਲਾਈਟ ਨਾ ਵੀ ਆਵੇ ਸਾਨੂੰ ਤਾਂ ਵੀ 2 ਦਿਨ ਕੱਢ ਲਾਂਗੇ, ਪਰ ਐਂ ਵੀ ਖੇਤਾਂ 'ਚ ਤਾਂ ਜ਼ਰੂਰੀ ਹੈ ਨਾ। ਕਿੰਨਾ ਕੁ ਫਾਇਦਾ ਹੈ? ਪਹਿਲਾਂ ਡੀਜ਼ਲ ਵੀ ਫੂਕਦੇ ਹੋਵੋਗੇ, ਹੁਣ ਫੂਕਦੇ ਨਹੀਂ ਹੈਗੇ ਜੀ? ਕਿੰਨਾ ਸਾਡਾ ਕਦੇ ਤਾਂ ਅਸੀਂ ਦਿਹਾੜੀ ਵੀ ਲਾ ਲੈਂਦੇ ਤੇ ਜਨਰੇਟਰ ਦੀ, ਕਦੇ ਚਲੋ ਬਿਨਾਂ ਦਿਹਾੜੀ ਲਾਉਣ ਤੋਂ ਵੀ ਲੰਘ ਜਾਂਦਾ ਸੀ। ਚਲੋ ਸਾਡਾ ਦੜਾ ਤੁਸੀਂ 4-5 ਘੰਟੇ ਡੇਲੀ ਦੇ ਲਾਓ, 5 ਲੀਟਰ ਡੀਜ਼ਲ ਲਾ ਲਓ ਤੁਸੀਂ, ਬਾਰਿਸ਼ ਦਾ ਇੰਨਾ ਫਾਇਦਾ। ਹਾਂਜੀ, 5-6 ਹਜ਼ਾਰ ਰੁਪਇਆ ਦਿਹਾੜੀ ਬਚਦੀ ਹੈ। ਹਾਂਜੀ ਵੀਰੇ, ਕੀ ਨਾਮ ਹੈ ਵੀਰੇ? ਨੰਦੀਪ ਕੁਮਾਰ ਜੀ। ਨੰਦੀਪ ਜੀ, ਕਿੱਦਾਂ ਦੇਖਦੇ ਹੋ ਬਾਰਿਸ਼ ਦਾ ਮੌਸਮ ਚੱਲ ਰਿਹਾ ਹੈ, ਖੇਤਾਂ ਨੂੰ ਕਿੰਨਾ ਫਾਇਦਾ? ਬਹੁਤ ਫਾਇਦਾ ਹੋਊਗਾ ਜੀ। ਕਿੱਦਾਂ ਦੇਖਦੇ ਹੋ ਵੀ ਜਿਵੇਂ ਗਰਮੀ ਦੇ ਵਿੱਚ ਲਾਈਟ ਵੀ ਨਹੀਂ ਸੀ ਹੁੰਦੀ, ਡੀਜ਼ਲ ਵੀ ਲੱਗਦਾ ਸੀ, ਉਹਨੂੰ ਕਿੰਨਾ ਫਾਇਦਾ ਤੁਸੀਂ ਦੇਖਦੇ? ਬਹੁਤ ਫਾਇਦਾ ਹੋਊਗਾ ਜੀ। ਕਿੱਦਾਂ? ਵਧੀਆ ਫਾਇਦਾ ਹੋਇਆ ਮੌਸਮ ਮੀਂਹ ਪੈਣ ਨੂੰ, ਅਤੇ ਜੀਰੀ ਲਾਉਣ ਵਾਲਿਆਂ ਨੂੰ ਕਿੰਨਾ ਕੁ ਤੁਹਾਨੂੰ ਸੁਖਾਵਾਂ ਹੋ ਗਿਆ ਕੰਮ ਜਿਹੜੇ ਜੀਰੀ ਲਾ ਰਹੇ? ਬਹੁਤ ਫਾਇਦਾ ਹੋਇਆ ਜੀ, ਸੌਖਾ ਹੋਇਆ। ਕਿਵੇਂ ਸੌਖਾ ਹੋ ਗਿਆ ਦੱਸੋ? ਮੌਸਮ ਠੰਡਾ ਹੋਇਆ ਜੀ, ਅਤੇ ਇਹਦੇ ਕਾਰਨ ਵਧੀਆ ਲੇਬਰ ਚੱਲ ਰਹੀ ਹੈ। ਅਤੇ ਜਿਵੇਂ ਪਹਿਲਾਂ ਗਰਮੀ ਦੇ ਵਿੱਚ ਲਾਈਟ ਵੀ ਜਾਂਦੀ ਹੋਊਗੀ, ਡੀਜ਼ਲ ਅਤੇ ਜਨਰੇਟਰ ਚੱਲਦੇ ਹੋਣਗੇ? ਹਾਂਜੀ ਹਾਂਜੀ, ਉਹਦਾ ਬਹੁਤ ਫਾਇਦਾ ਹੋਇਆ।